ਸੋ ਜੀ ਅਗਲੇ ਸਟੂਡੈਂਟ ਨੀਰਜ ਪਾਂਡੇ ਮੇਰੇ ਨਾਲ ਨੇ ਕੈਨੇਡਾ ਦਾ, ਇਹਨਾਂ ਦਾ ਵੀ ਵੀਜ਼ਾ ਆ ਗਿਆ। ਸੋ ਗੱਲਬਾਤ ਕਰਦੇ ਹਾਂ ਕਿੱਦਾਂ ਦੀਆਂ ਲੱਗੀਆਂ ਇਹਨਾਂ ਨੂੰ ਸਰਵਿਸਿਜ਼। ਸੋ ਕੰਗ੍ਰੈਚੁਲੇਸ਼ਨਸ। ਥੈਂਕ ਯੂ ਮੈਮ। ਸੈਪਟੈਂਬਰ ਇਨਟੇਕ ਵਾਸਤੇ ਸਰ? ਯੈਸ ਮੈਮ। ਓਕੇ, ਤੇ ਫਲਾਈਟ ਬੁੱਕ ਹੋ ਗਈ? ਯੈਸ ਮੈਮ। ਕਦੋਂ ਦੀ? 4 ਅਗਸਤ ਦੀ। 4 ਅਗਸਤ ਦੀ। ਤੇ ਕਿੱਦਾਂ ਹੁਣ ਫੀਲਿੰਗ, ਕਿੱਦਾਂ ਦੀ ਆ? ਖੁਸ਼ ਹੋ ਕੇ ਨਰਵਸ ਹੋ? ਜੀ ਬਿਲਕੁਲ ਮੈਮ, ਬਹੁਤ ਖੁਸ਼ ਹਾਂ। ਲੱਗ ਨਹੀਂ ਰਹੇ? ਯੈਸ। ਨਰਵਸਨੈਸ ਤਾਂ ਨਹੀਂ ਹੈਗੀ? ਨੋ ਮੈਮ, ਨੋ। ਓਕੇ, ਠੀਕ ਹੈ ਜੀ। ਸੋ ਨੀਰਜ, ਕੀ ਪ੍ਰੋਫਾਈਲ ਹੈ ਤੁਹਾਡਾ, ਕੀ ਸਟੱਡੀ ਕੀਤੀ, ਕਿੰਨੇ ਪਰਸੈਂਟ ਮਾਰਕਸ? ਡਿਪਲੋਮਾ ਕੀਤਾ 2017 'ਚ, ਪਾਸ ਆਊਟ ਹੋਇਆ 65% ਦਾ। ਉਸ ਤੋਂ ਬਾਅਦ ਮੈਂ ਇੱਕ ਜਗ੍ਹਾ ਫਾਈਲ ਲਵਾਈ, ਉੱਥੋਂ ਮੇਰਾ ਰਿਫਿਊਜ਼ਲ ਆਇਆ। ਉਸ ਤੋਂ ਬਾਅਦ ਮੇਰੇ ਫਰੈਂਡ ਨੇ ਸੁਜੈਸਟ ਕੀਤਾ ਕਿ ਲੈਂਡਮਾਰਕ ਤੋਂ ਲਵਾਓ, ਬਹੁਤ ਵਧੀਆ ਹੈਗੀ। ਅਤੇ ਮੇਰੇ 6 ਬੈਂਡ ਆਏ ਸੀ, ਇੱਕ 'ਚ 5.5 ਰਹਿ ਗਏ ਸੀ, ਅਤੇ ਉਹਨਾਂ ਨੇ ਸੁਜੈਸਟ ਕੀਤਾ। ਫਿਰ ਮੈਂ ਲੈਂਡਮਾਰਕ ਅੰਮ੍ਰਿਤਸਰ ਤੋਂ ਗਿਆ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਮੈਂ ਮੇਰਾ ਵੀਜ਼ਾ ਹੁਣ ਆ ਚੁੱਕਿਆ। ਹੁਣ ਵੀਜ਼ਾ ਆ ਗਿਆ, ਸੋ ਪਹਿਲਾਂ ਰਿਫਿਊਜ਼ਲ ਆ ਗਈ ਸੀ। ਡਿਪਲੋਮਾ ਕੀ ਕੀਤਾ ਸੀ? ਕੰਪਿਊਟਰ ਇੰਜੀਨੀਅਰਿੰਗ। ਓਕੇ, ਤੇ ਹੁਣ ਅੱਗੇ ਕਿਹੜੇ ਕਾਲਜ ਵਾਸਤੇ ਜਾ? ਅੱਗੇ ਮੈਂ ਜਾ ਕੰਪਿਊਟਰ ਸਾਇੰਸ ਐਂਡ ਮੋਬਾਈਲ ਸੌਫਟਵੇਅਰ ਇੰਜੀਨੀਅਰਿੰਗ। ਓਕੇ, ਕਿਹੜੇ ਕਾਲਜ ਦੇ ਵਿੱਚ? ਅਲਗੋਮਾ ਯੂਨੀਵਰਸਿਟੀ। ਓਕੇ, ਯੂਨੀਵਰਸਿਟੀ ਦੇ ਵਿੱਚ ਜਾ ਰਹੇ ਹੋ। ਸੋ ਇਹ ਲੈਂਡਮਾਰਕ ਵਾਲਿਆਂ ਨੇ ਸੁਜੈਸਟ ਕੀਤਾ ਕਿ ਆਹ ਵਾਲੀ ਯੂਨੀਵਰਸਿਟੀ ਦੇ ਵਿੱਚ ਜਾਓ, ਜਾਂ ਪਹਿਲਾਂ ਖੁਦ ਵੀ ਸੋਚਿਆ ਸੀਗਾ? ਨਹੀਂ, ਪਹਿਲਾਂ ਮੈਂ ਸੋਚਿਆ ਕਿਸੇ ਹੋਰ ਕਾਲਜ ਬਾਰੇ, ਫਿਰ ਮੈਮ ਕੌਂਸਲਰ ਨੇ ਕਿਹਾ ਕਿ ਨਹੀਂ, ਇਹ ਤੁਹਾਡੀ ਯੂਨੀਵਰਸਿਟੀ ਤੁਹਾਡੇ ਲਈ ਬਹੁਤ ਬੈਸਟ ਹੈਗੀ ਹੈ। ਹਾਂ, ਕਿਉਂਕਿ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਹੋ ਜਾਂਦਾ ਨਾ ਕਿ ਕਿਹਦੇ ਨਾਲ ਕਿਹੜੀ ਯੂਨੀਵਰਸਿਟੀ ਕਾਲਜ ਦੇ ਨਾਲ ਪ੍ਰੋਫਾਈਲ ਜਿਹੜਾ ਮੈਚ ਕਰਦਾ ਹੈਗਾ। ਸੋ ਕਿੱਦਾਂ ਦੀਆਂ ਲੱਗੀਆਂ ਲੈਂਡਮਾਰਕ ਦੀਆਂ ਸਰਵਿਸਿਜ਼? ਬਹੁਤ ਵਧੀਆ ਸਰਵਿਸ ਲੱਗੀਆਂ ਲੈਂਡਮਾਰਕ ਦੀਆਂ, ਅਤੇ ਮੈਂ ਅੱਗੇ ਵੀ ਲੈਂਡਮਾਰਕ ਸਰਵਿਸ ਲੈਂਦਾ ਰਹਾਂਗਾ, ਔਰ ਇਨ ਫਿਊਚਰ ਜਿਸ ਤਰ੍ਹਾਂ ਮੇਰਾ ਬ੍ਰਦਰ ਫਰੈਂਡ ਨੂੰ ਵੀ ਸੁਜੈਸਟ ਕਰੂੰਗਾ ਕਿ ਲੈਂਡਮਾਰਕ ਤੋਂ ਆਪਣੀ ਫਾਈਲ ਲਵਾਓ, ਅਤੇ ਕਿਉਂਕਿ ਬਹੁਤ ਵਧੀਆ ਫਾਈਲ ਲਗਾਉਂਦੇ। ਬਿਲਕੁਲ ਜੀ, ਕਿੰਨੀ ਕੁ ਦੇਰ ਦੇ ਵਿੱਚ ਵੀਜ਼ਾ ਆ ਗਿਆ? ਮੇਰਾ ਵੀਜ਼ਾ 1 ਹਫ਼ਤੇ ਦੇ ਵਿੱਚ ਆ ਗਿਆ ਹੈ। ਪਾਸਪੋਰਟ ਉਹਨਾਂ ਦਾ ਵੀਜ਼ਾ ਐਗਜ਼ਾਮਪਲ ਹੈਗੀ ਹੈ ਜੀ, 5.5 ਈਚ ਵਾਲੇ ਦੇ ਵੀਜ਼ੇ ਆ ਰਹੇ ਨੇ। ਦੂਜੀ ਗੱਲ ਹੈਗੀ ਹੈ ਕਿ ਰਿਫਿਊਜ਼ਲ ਸੀ, ਉਸ ਤੋਂ ਬਾਅਦ ਲੈਂਡਮਾਰਕ ਦੇ ਥਰੂ ਸਿਰਫ ਔਰ ਸਿਰਫ 1 ਹਫ਼ਤੇ ਦੇ ਵਿੱਚ ਵੀਜ਼ਾ ਆ ਗਿਆ। ਬਹੁਤ ਵਧੀਆ ਜੀ। ਸੋ ਮੋਬਾਈਲ ਦਾ ਹਾਲੋ ਪਾਸਪੋਰਟ। ਥੈਂਕ ਯੂ।